ਜਦੋਂ ਇਹਨੇ ਜਨਮ ਲਿਆ ਤਾਂ ਸਾਰੇ ਕਹਿਣ ਲੱਗੇ ਵੀ ਇਹਦਾ ਤੂੰ ਕਰੇਗੀ। ਸਹੁਰੇ ਵੀ ਕਹਿਣ ਵੀ ਦਫਾ ਹੋ, ਜੇ ਪੇਕੇ ਜਾਣਾ ਉਹਨਾਂ ਨੇ ਕਹਿਣਾ, ਲੋਕ ਇਕੱਠੇ ਹੋ ਜਾਂਦੇ ਆ, ਦੋਨੇ ਪਰਿਵਾਰ ਮੈਂ ਛੱਡ ਦਿੱਤੇ, ਮੇਰਾ ਦਿਲ ਦਾ ਟੁਕੜਾ ਸੀ ਨਾ। ਮੈਨੂੰ 5-10 ਰੁਪਏ ਦੇਣ ਦੀ ਕੋਸ਼ਿਸ਼ ਕੀਤੀ, ਕਿਸੇ ਨੂੰ ਤੁਸੀਂ ਬੇਵਜ੍ਹਾ ਭਿਖਾਰੀ ਬਣਾ ਰਹੇ ਹੋ, ਕਿਸੇ ਨੂੰ ਕੁਛ ਦੇ ਰਹੇ ਹੋ, ਉਸ ਬੰਦੇ ਦਾ ਮਨੋਬਲ ਗਿਰਾ ਕੇ ਦੁਨੀਆਂ ਦੇ ਉੱਤੇ ਇੱਕ ਹੋਰ ਭਿਖਾਰੀ ਪੈਦਾ ਕਰ ਰਹੇ ਹੋ। ਪਿੱਛੋਂ ਆ ਕੇ ਸਾਈਕਲ ਦੇ ਨਾਲ ਰੇਸ ਲਗਾਉਣੀ ਕਿ ਅੱਛਾ ਇਹ ਰੇਸਰ ਸਾਈਕਲ ਆ, ਇਹਨੂੰ ਕਹਿੰਦੇ ਹਾਂ ਲੈ ਸਾਡੀ ਬਾਈਕ ਦੇ ਨਾਲ ਭਜਾ ਕੇ ਦਿਖਾ, ਸਾਡੀ ਲਾਈਫ ਦੇ ਵਿੱਚ ਇਹ ਕੋਈ ਬਹੁਤ ਜ਼ਿਆਦਾ ਮੈਟਰ ਨਹੀਂ ਕਰਦਾ ਕਿ ਤੁਹਾਡੇ ਕੋਲ ਖੰਭ ਹੈਗੇ ਆ ਜਾਂ ਨਹੀਂ ਹੈਗੇ, ਪਰ ਇਹ ਬਹੁਤ ਜ਼ਿਆਦਾ ਮੈਟਰ ਕਰਦਾ ਕਿ ਤੁਸੀਂ ਉੱਡਣ ਦੀ ਚਾਹਤ ਰੱਖਦੇ ਹੋ। ਪਟਿਆਲਾ ਦੇ ਪਾਤੜਾਂ ਸ਼ਹਿਰ ਵਿੱਚ ਜਦ ਕੋਈ ਵੀ ਬੱਚਾ ਆਪਣਾ ਸੁਪਨਾ ਪੂਰਾ ਕਰਨ ਤੋਂ ਘਬਰਾਉਂਦਾ ਜਾਂ ਹਾਰ ਮੰਨ ਲੈਂਦਾ ਤਾਂ ਉਸ ਬੱਚੇ ਦੀ ਮਾਂ ਉਸ ਨੂੰ ਜਗਵਿੰਦਰ ਸਿੰਘ ਦਾ ਉਦਾਹਰਣ ਦਿੰਦੀ ਹੈ। ਜਗਵਿੰਦਰ ਸਿੰਘ ਜੋ ਕਿ ਇੱਕ ਇੰਟਰਨੈਸ਼ਨਲ ਪੈਰਾਸਾਈਕਲਿਸਟ ਨੇ ਤੇ ਉਹਦੇ ਨਾਲ ਨਾਲ ਇੱਕ ਆਰਟਿਸਟ ਨੇ। ਜਗਵਿੰਦਰ ਜੋ ਇੱਕ ਸਾਈਕਲ ਹੈ ਉਸਨੂੰ ਬੈਲੈਂਸ ਕਰਨ ਵਾਸਤੇ ਸਭ ਤੋਂ ਵੱਧ ਜਿਹੜੀ ਚੀਜ਼ ਦੀ ਲੋੜ ਹੈ, ਜਿਹੜੇ ਅੰਗ ਦੀ ਲੋੜ ਹੈ, ਉਹ ਹੈ ਬਾਹਾਂ ਹੱਥ। ਤੇ ਤੁਸੀਂ ਸਾਈਕਲਿੰਗ ਹੀ ਕਿਉਂ ਚੁਣੀ? ਜਦੋਂ ਅਸੀਂ ਸਾਰੇ ਸਕੂਲ ਜਾਂਦੇ ਹਾਂ, ਮਤਲਬ ਜਿੰਨੇ ਵੀ ਸਾਡੇ ਫਰੈਂਡ ਸਰਕਲ ਹੁੰਦਾ ਹੈ ਨਾ, ਸੋ ਉਹਨਾਂ ਨੂੰ ਜਦੋਂ ਮੈਂ ਸਾਈਕਲ ਚਲਾਉਂਦੇ ਦੇਖਦਾ ਸੀਗਾ ਤਾਂ ਮੈਂ ਘਰੇ ਜਾ ਕੇ ਗੱਲ ਕਰਨੀ ਕਿ ਮੈਂ ਵੀ ਸਾਈਕਲ 'ਤੇ ਸਕੂਲ ਜਾਣਾ ਚਾਹੁੰਦਾ, ਅਤੇ ਉਸ ਦੇ ਜ਼ਰੀਏ ਜਦੋਂ ਘਰਦਿਆਂ ਨੇ ਕਿਹਾ ਕਿ ਬਿਨਾਂ ਹੱਥਾਂ ਤੋਂ ਸਾਈਕਲ ਚਲਾਉਣਾ ਪੋਸੀਬਲ ਨਹੀਂ ਹੈਗਾ, ਤਾਂ ਬਿਨਾਂ ਹੱਥਾਂ ਤੋਂ ਸਾਈਕਲ ਕਿਵੇਂ ਚਲਾਏਗਾ, ਵੀ ਅਸੀਂ ਸਿਖਾ ਵੀ ਨਹੀਂ ਸਕਦੇ ਤੈਨੂੰ, ਹੈ ਨਾ। ਫਿਰ ਉਹ ਸਾਈਕਲ ਮੇਰੀ ਜਿੱਦ ਦੇ ਕਾਰਨ ਮੇਰੇ ਪੇਰੈਂਟਸ ਮੇਰੀ ਸਿਸਟਰ ਲਈ ਲੈ ਕੇ ਆਏ, ਅਤੇ ਉਹ ਲੱਗ ਰਿਹਾ ਸੀਗਾ ਕਿ ਇਹ ਸਾਈਕਲ ਮੇਰੀ ਸਿਸਟਰ ਲਈ ਨਹੀਂ ਆਇਆ, ਇਹ ਮੇਰੇ ਲਈ ਆਇਆ। ਸੋ ਜਦੋਂ ਵੀ ਸਾਡੀ ਲਾਈਫ ਦੇ ਵਿੱਚ ਸਾਡੀ ਦਿਲੋਂ ਜਦੋਂ ਇੱਛਾ ਹੋਵੇ ਕਿ ਅਸੀਂ ਕਿਸੇ ਡ੍ਰੀਮ ਨੂੰ ਕਿਸੇ ਸੁਪਨੇ ਨੂੰ ਪੂਰਾ ਕਰਨਾ, ਫਿਰ ਤੁਹਾਡੀ ਜਿਹੜੀ ਕਾਇਨਾਤ ਆ, ਜਿਹੜੀ ਕੁਦਰਤ ਆ, ਉਹ ਵੀ ਸਾਥ ਦਿੰਦੀ ਆ ਉਸ ਚੀਜ਼ ਨੂੰ ਪੂਰਾ ਕਰਨ ਲਈ। ਅਤੇ ਉਸੇ ਤਰ੍ਹਾਂ ਹੋਇਆ, ਫਿਰ ਮੈਂ ਕਾਫੀ ਵਾਰ ਰਾਤ ਨੂੰ ਬਹਿ ਕੇ ਸੋਚਦਾ ਹੁੰਦਾ ਸੀ ਸਾਈਕਲ ਕੋਲ ਕਿ ਮੈਂ ਸਾਈਕਲ ਕਿਵੇਂ ਚਲਾ ਸਕਦਾ ਜਾਂ ਕਿਵੇਂ ਸਾਈਕਲ ਚਲਾਵਾਂ। ਅਤੇ 1.5-2 ਮਹੀਨੇ ਬਾਅਦ ਫਿਰ ਮੈਂ ਸਾਈਕਲ ਜਦੋਂ ਘਰੋਂ ਬਾਹਰ ਫਸਟ ਟਾਈਮ ਕੱਢਿਆ ਸੀਗਾ ਤਾਂ ਸਾਰੇ ਹੈਰਾਨ ਸੀਗੇ ਕਿ ਇਹ ਫੜ ਕਿਵੇਂ ਰਿਹਾ ਜਾਂ ਸਾਈਕਲ ਚੱਲ ਕਿਵੇਂ ਰਿਹਾ, ਹੈ ਨਾ। ਅਤੇ ਬਿਨਾਂ ਹੱਥਾਂ ਤੋਂ ਤਾਂ ਪੋਸੀਬਲ ਹੈ ਵੀ ਨਹੀਂ ਗਾ। ਸੋ ਇਹ ਚੀਜ਼ ਤੋਂ ਮੈਂ ਖੁਦ ਵੀ ਕਦੀ ਕਦੀ ਹੈਰਾਨ ਹੁੰਦਾ ਸੀਗਾ ਕਿ ਮੈਂ ਬਿਨਾਂ ਹੱਥਾਂ ਤੋਂ ਸਾਈਕਲ ਕਿਵੇਂ ਚਲਾ ਪਾ ਰਿਹਾ। ਸੋ ਉਸ ਤੋਂ ਬਾਅਦ ਜਦੋਂ ਮੈਂ ਸਾਈਕਲ ਚਲਾਉਣ ਲੱਗਿਆ, ਸਕੂਲ ਜਾਣ ਲੱਗਿਆ, ਆਪਣੀ ਭੈਣ ਨੂੰ ਸਾਈਕਲ ਦੇ ਪਿੱਛੇ ਬਿਠਾ ਕੇ ਵੀ ਲੈ ਕੇ ਜਾਣ ਲੱਗ ਗਿਆ, ਹਾਲਾਂਕਿ ਉਹਨੂੰ ਕਈ ਵਾਰ ਬੜਾ ਡਰ ਲੱਗਦਾ ਹੁੰਦਾ ਸੀ, ਸੋ ਬਟ ਉਹ ਫਿਰ ਵੀ ਉਹਨੂੰ ਹੋ ਗਿਆ ਵਿਸ਼ਵਾਸ। ਕਈ ਵਾਰ ਉਹਨੇ ਕਹਿ ਦੇਣਾ ਕਿ ਤੂੰ ਸਾਨੂੰ ਨਾ ਲੈ ਕੇ ਜਾ, ਸਾਡੇ ਬੈਗ ਨੂੰ ਲੈ ਜਾ, ਅਗਰ ਬੈਗ ਡਿੱਗ ਗਿਆ ਤਾਂ ਕੋਈ ਦਿੱਕਤ ਨਹੀਂ। ਅਤੇ ਜਦੋਂ ਅਤੇ ਜਦੋਂ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਬੈਗ ਤਾਂ ਡੇਲੀ ਲੈ ਕੇ ਜਾਂਦੇ ਆ, ਬੈਗ ਤਾਂ ਡਿੱਗਦੇ ਨਹੀਂ, ਫਿਰ ਅਸੀਂ ਕੀ ਡਿੱਗਾਂਗੇ, ਹੈ ਨਾ, ਫਿਰ ਉਹ ਚਲੋ ਸਾਈਕਲ 'ਤੇ ਮੇਰੇ ਨਾਲ ਜਾਣ ਲੱਗ ਗਏ। ਇਸੇ ਤਰ੍ਹਾਂ ਹੌਲੀ ਹੌਲੀ ਕਰਕੇ ਜਦੋਂ ਮੈਂ ਅੱਗੇ ਵਧਿਆ ਤਾਂ ਫਿਰ ਮੇਰੇ ਮਨ 'ਚ ਆਇਆ ਕਿ ਮੈਂ ਸਾਈਕਲ ਦੇ ਵਿੱਚ ਹੀ ਅੱਗੇ ਰੇਸਿੰਗ ਕਰਾਂ, ਅਤੇ ਸਾਈਕਲ ਦੇ ਨਾਲ ਹੀ ਮੈਂ ਅੱਗੇ, ਜਿਵੇਂ ਮੇਰਾ ਪਰਮਾਤਮਾ ਨੇ ਜਾਂ ਮੇਰੇ ਮਾਤਾ ਪਿਤਾ ਨੇ ਸਾਈਕਲ ਦੇ ਡਰਾਇੰਗ ਪੇਂਟਿੰਗ ਦੇ ਵਿੱਚ ਮੇਰਾ ਸਾਥ ਦਿੱਤਾ, ਉਸੇ ਤਰ੍ਹਾਂ ਮੈਂ ਬਾਕੀਆਂ ਵਾਂਗੂ ਆਪਣੇ ਦੇਸ਼ ਦਾ, ਆਪਣੇ ਸਟੇਟ ਦਾ, ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਸੀ ਕੋਈ ਵੀ ਗੇਮ ਕਰਕੇ, ਜਿਸ ਦੇ ਨਾਲ ਮੈਨੂੰ ਲੱਗਦਾ ਸੀ ਕਿ ਮੈਂ ਇੱਕ ਦੂਸਰੇ ਪਾਸੇ ਆਪਣੇ ਆਪ ਨੂੰ ਫਿੱਟ ਵੀ ਰੱਖ ਸਕਦਾ ਸੀ, ਕਿਉਂਕਿ ਇੱਕ ਜਿਹੜਾ ਡਿਫਰੈਂਟ ਏਬਲਡ ਪਰਸਨ ਹੁੰਦਾ ਉਹਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜਦੋਂ ਓਵਰਵੇਟ ਹੋ ਜਾਂਦਾ ਜਾਂ ਫਿਜ਼ੀਕਲੀ ਅਨਫਿੱਟ ਹੋ ਜਾਏ, ਤਾਂ ਇੱਕ ਡਿਫਰੈਂਟ ਏਬਲਡ ਪਰਸਨ ਨੂੰ ਨੋਰਮਲਸ ਦੇ ਨਾਲੋਂ ਜ਼ਿਆਦਾ, ਹੋਰ ਜ਼ਿਆਦਾ ਪ੍ਰੋਬਲਮ ਤਾਂ ਸਾਹਮਣਾ ਕਰਨਾ ਪੈਂਦਾ। ਇੱਕ ਤਾਂ ਇਹ ਵੀ ਪਰਪਸ ਸੀਗਾ ਕਿ ਮੈਂ ਗੇਮ ਕਰਨਾ ਚਾਹੁੰਦਾ ਸੀਗਾ,
ਤੇ ਉਹ ਮੈਨੂੰ ਲੱਗਦਾ ਸੀਗਾ ਕਿ ਮੈਂ ਸਾਈਕਲਿੰਗ ਅੱਛੀ ਕਰ ਸਕਦਾ ਤੇ ਇਸ ਲਈ ਮੈਂ ਫਿਰ ਸਾਈਕਲਿੰਗ ਚੂਜ਼ ਕੀਤੀ। ਕਿੰਨਾ ਕੁ ਔਖਾ ਸੀ ਇਹ ਸਫ਼ਰ, ਸਮਾਜ ਵੱਲੋਂ ਕਿਸੇ ਤਰ੍ਹਾਂ ਦੀਆਂ ਰੁਕਾਵਟਾਂ ਜੋ ਤੁਸੀਂ ਦੇਖੀਆਂ ਹੋਣ? ਅਗਰ ਮੈਂ ਆਪਦੀ ਗੱਲ ਕਰਾਂ, ਆਪਦੇ ਸਟਰਗਲ ਦੀ ਗੱਲ ਕਰਾਂ, ਜੋ ਚੀਜ਼ਾਂ ਮੈਨੂੰ ਸਟਾਰਟਿੰਗ ਦੇ ਟਾਈਮ ਆਈਆਂ, ਜੋ ਪ੍ਰੋਬਲਮਸ ਫੇਸ ਕੀਤੀਆਂ ਔਰ ਜੋ ਕੁਛ ਹੱਦ ਤੱਕ ਕਾਮਯਾਬ ਹੋਣ ਤੋਂ ਬਾਅਦ ਜੋ ਕੀਤੀਆਂ ਉਹ ਸੇਮ ਸੀਗੀਆਂ ਅਕੋਰਡਿੰਗ ਟੂ ਮੀ ਜੋ ਮੈਂ ਦੇਖਿਆ। ਸੋ ਕਿਉਂਕਿ ਕੋਚਿਸ ਕੋਲ ਜਾਂਦੇ ਸੀਗੇ ਉਹ ਕਈ ਵਾਰ ਉਹਨਾਂ ਨੇ ਕਹਿਣਾ ਕਿ ਹਾਂ ਤੂੰ ਸਾਈਕਲ ਅੱਛਾ ਚਲਾਉਣਾ, ਬਹੁਤ ਵਧੀਆ ਹੈ ਨਾ, ਪਰ ਜਦੋਂ ਉਹ ਤੁਹਾਨੂੰ ਮਨ੍ਹਾ ਕਰ ਦਿੰਦੇ ਆ ਕਿ ਸੋਰੀ ਅਸੀਂ ਤੁਹਾਨੂੰ ਕੋਚਿੰਗ ਨਹੀਂ ਦੇ ਸਕਦੇ, ਅਸੀਂ ਤੁਹਾਨੂੰ ਟ੍ਰੇਨਿੰਗ ਨਹੀਂ ਦੇ ਸਕਦੇ, ਹੈ ਨਾ, ਤਾਂ ਉਹਦੇ ਪਿੱਛੇ ਵੀ ਬਹੁਤ ਸਾਰੇ ਜਿਹੜੇ ਮੈਨੂੰ ਨਹੀਂ ਸੀ ਲੱਗਦਾ ਕਿ ਉਹ ਰੀਜ਼ਨ ਹੈਗੇ ਆ, ਬਟ ਉਹਨਾਂ ਨੂੰ ਲੱਗਦਾ ਸੀ ਕਿ ਰੀਜ਼ਨ ਹੈਗੇ ਆ, ਹੈ ਨਾ। ਸੋ ਜਿਵੇਂ ਕਿ ਲਾਈਕ ਕਹਿਣਾ ਕਿ ਨੋਰਮਲੀ ਗੱਲ ਹੈ ਕਿ ਅਗਰ ਤੁਸੀਂ ਕਿਸੇ ਹੈਂਡੀਕੈਪ ਡਿਫਰੈਂਟ ਏਬਲਡ ਪਰਸਨ ਨੂੰ ਅਗਰ ਕੋਈ ਚੀਜ਼ ਕਰਾ ਰਹੇ ਹੋ ਤਾਂ ਉਹਦੇ ਲਈ ਤੁਹਾਨੂੰ ਹਰੇਕ ਚੀਜ਼ ਦੇ ਟਾਈਮ ਜਾਂ ਕੁਛ ਐਫਰਟਸ ਤੁਹਾਨੂੰ ਜ਼ਰੂਰ ਲਗਾਉਣੇ ਪੈਣਗੇ, ਹੈ ਨਾ। ਅਗਰ ਤੁਸੀਂ ਇੱਕ ਪਾਸੇ ਕਿਸੇ ਨੂੰ ਕਹਿ ਰਹੇ ਹੋ ਕਿ ਤੁਸੀਂ ਸੁਪਰ ਸਿੰਗ ਹੋ, ਤੁਸੀਂ ਸੁਪਰ ਸਟਾਰ ਹੋ, ਤੁਸੀਂ ਤੁਹਾਡੇ ਤੋਂ ਦੁਨੀਆ ਸਿੱਖਦੀ ਆ ਜਾਂ ਸਾਡੇ ਸਾਈਕਲਿਸਟ ਤੁਹਾਡੇ ਤੋਂ ਪ੍ਰੇਰਿਤ ਨੇ, ਹੈ ਨਾ, ਪਰ ਦੂਸਰੇ ਪਾਸੇ ਤੁਸੀਂ ਉਹਨਾਂ ਨੂੰ ਹੀ ਆਫਿਸ ਬੁਲਾ ਕੇ ਤੁਸੀਂ ਉਹਨਾਂ ਨੂੰ ਹੀ ਕਹਿ ਰਹੇ ਹੋ ਕਿ ਅਸੀਂ ਤੁਹਾਨੂੰ ਕੋਚਿੰਗ ਨਹੀਂ ਦੇ ਸਕਦੇ ਜਾਂ ਅਸੀਂ ਤੁਹਾਨੂੰ ਟ੍ਰੇਨਿੰਗ ਨਹੀਂ ਦੇ ਸਕਦੇ, ਜਾਂ ਤਾਂ ਤੁਸੀਂ ਗਰਾਊਂਡ ਤੋਂ ਬਾਹਰ ਜੋ ਕਹਿ ਰਹੇ ਸੀ ਉਹ ਗਲਤ ਸੀਗਾ, ਅਤੇ ਜਾਂ ਤੁਸੀਂ ਜੋ ਆਫਿਸ ਦੇ ਅੰਦਰ ਕਹਿ ਰਹੇ ਹੋ ਉਹ ਗਲਤ ਆ। ਨਾਲ ਦੀ ਨਾਲ ਜਦੋਂ ਵੀ ਕਿਤੇ ਮੈਂ ਰੋਡ 'ਤੇ ਟ੍ਰੇਨਿੰਗ ਕਰਨ ਜਾਂਦਾ ਸੀ, ਰੋਡ ਤੋਂ ਕੋਈ ਕਾਰ, ਬਾਈਕ, ਟਰੱਕ, ਬੱਸ ਵਾਲਾ ਕੋਈ ਲੰਘਦਾ ਲੰਘਦਾ ਤੁਹਾਨੂੰ ਨਹੀਂ ਕਹਿ ਜੇ ਵੀ ਉੱਪਰੋਂ ਤੇਰੇ ਹੱਥ ਨਹੀਂ ਹੈਗੇ, ਉੱਤੋਂ ਤੂੰ ਰੋਡ ਦੇ ਉੱਤੇ ਸਾਈਕਲ ਲੈ ਕੇ ਆਇਆ ਹੋਇਆ, ਹੈ ਨਾ, ਅਤੇ ਵੀ ਤੈਨੂੰ ਆਪਦੀ ਜ਼ਿੰਦਗੀ ਨਾਲ ਪਿਆਰ ਨਹੀਂ, ਤੈਨੂੰ ਦੂਸਰਿਆਂ ਨਾਲ ਦਾ ਉਹ ਕੀ ਆ ਵੀ ਲਾਈਕ ਬਹੁਤ ਪੱਦੀ ਸ਼ਬਦਾਵਲੀ ਜਿਹਨੂੰ ਕਹਿੰਦੇ ਆ ਕਿ ਵਰਤਣਾ, ਹੈ ਨਾ, ਪਿੱਛੋਂ ਆ ਕੇ ਸਾਈਕਲ ਦੇ ਨਾਲ ਰੇਸ ਲਗਾਉਣੀ ਕਿ ਅੱਛਾ ਇਹ ਰੇਸਰ ਸਾਈਕਲ ਆ, ਇਹਨੂੰ ਕਹਿੰਦੇ ਆ ਲੈ ਸਾਡੀ ਬਾਈਕ ਦੇ ਨਾਲ ਭਜਾ ਕੇ ਦਿਖਾ। ਸੋ ਉਹਨਾਂ ਚੀਜ਼ਾਂ ਦੇ ਨਾਲ ਸਾਡਾ ਕੋਈ ਕੰਪੀਟੀਸ਼ਨ ਨਹੀਂ ਹੈਗਾ, ਸਾਡਾ ਕੰਪੀਟੀਸ਼ਨ ਆਪਣੇ ਆਪ ਨਾਲ ਹੈ, ਸਾਡਾ ਕੰਪੀਟੀਸ਼ਨ ਦੇਖਿਆ ਜਾਂਦਾ ਮੈਚ ਦੇ ਵਿੱਚ, ਸਾਡੀ ਹੈ ਕੰਪੀਟੀਸ਼ਨ ਦੇਖੇ ਜਾਂਦੇ ਆ ਰਿਕਾਰਡ ਦੇ ਵਿੱਚ, ਸਾਡੇ ਰੋਡ ਦੇ ਉੱਤੇ ਕੰਪੀਟੀਸ਼ਨ ਨਹੀਂ ਹੁੰਦੇ। ਇੱਕ ਵਾਰ ਦੀ ਗੱਲ ਹੈ ਕਿ ਮੈਂ ਸਿਸਟਰ ਮੇਰੇ ਪਟਿਆਲੇ ਪੜ੍ਹਦੇ ਹੁੰਦੇ ਸੀਗੇ, ਅਤੇ ਮੈਂ ਉਹਨਾਂ ਨੂੰ ਕੋਈ ਐਮਰਜੈਂਸੀ ਜ਼ਰੂਰਤ ਪਈ, ਮੈਂ ਸਮਾਨ ਫੜਾਉਣ ਲਈ ਉਹਨਾਂ ਦਾ ਇੱਕ ਵਾਰ ਚਲ ਗਿਆ, ਅਤੇ ਵਾਪਿਸ ਆਉਂਦੇ ਹੋਇਆ ਇੱਕ ਕਾਰ ਦੇ ਵਿੱਚ 3-4 ਲੋਕ ਬੈਠੇ ਹੋਏ ਸੀ, ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਕਹਿੰਦੇ ਇੱਧਰ ਆਓ, ਅਤੇ ਮੈਂ ਗਿਆ, ਮੈਂ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਉਹਨਾਂ ਨੂੰ ਮਿਲਿਆ, ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ, ਸਾਰੇ ਵਧੀਆ ਠੀਕ ਠਾਕ, ਜਿਵੇਂ ਵੀ ਜੋ ਜਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਬੁਲਾਇਆ, ਅਤੇ ਅਖੀਰ ਉਹਨਾਂ ਨੇ ਮੈਨੂੰ 5-10 ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਕਿ ਲਾਈਕ ਤੂੰ ਕੁਛ ਖਾ ਪੀ ਲਈ। ਠੀਕ ਹੈ, ਕਿਸੇ ਦੇ ਮੱਥੇ 'ਤੇ ਨਹੀਂ ਲਿਖਿਆ ਹੁੰਦਾ ਕਿ ਤੁਸੀਂ ਕੀ ਹੋ, ਬਟ ਅਸੀਂ ਸਾਰੇ ਪੜ੍ਹੇ ਲਿਖੇ ਹਾਂ, ਇੰਨੀ ਕੁ ਤਾਂ ਐਟਲੀਸਟ ਅਸੀਂ ਦੁਨੀਆ ਦੇ ਵਿੱਚ ਰਹਿੰਦੇ ਹਾਂ, ਅਸੀਂ ਇੰਨੇ ਕੁ ਤਾਂ ਸਮਝਦਾਰ ਹੈਗੇ ਹਾਂ ਕਿ ਸਾਹਮਣੇ ਵਾਲਾ ਬੰਦਾ ਜਿਸ ਤਰੀਕੇ ਨਾਲ ਸਾਡੇ ਨਾਲ ਗੱਲਬਾਤ ਕਰ ਰਿਹਾ, ਜਿਸ ਤਰੀਕੇ ਨਾਲ ਸਾਨੂੰ ਬੁਲਾ ਰਿਹਾ, ਓਬਵੀਅਸ ਹੈ ਇਨਸਾਨ ਪੜ੍ਹਿਆ ਲਿਖਿਆ ਹੋਣਾ ਜਾਂ ਸਮਝਦਾਰ ਹੋਣਾ, ਕਿਸੇ ਨੂੰ ਵੀ ਕੁਛ ਦੇਣ ਤੋਂ ਪਹਿਲਾਂ ਅਸੀਂ ਇਹ ਕੁਛ ਜਮ੍ਹਾਂ ਨਹੀਂ ਕਰਦੇ ਕਿ ਬੇਟਾ ਤੂੰ ਕੀ ਕਰਦਾ, ਤੂੰ ਪੜ੍ਹਦਾ, ਤੂੰ ਵਿਹਲਾ ਰਹਿੰਦਾ, ਕੀ ਕਰਦਾ। ਠੀਕ ਹੈ, ਉਹਨਾਂ ਨੇ ਇਹ ਪੁੱਛਣ ਦੀ ਬਜਾਏ ਉਹਨਾਂ ਨੇ ਸਿੱਧਾ ਮੈਨੂੰ ਸਿਰਫ ਉਹੀ ਦੇਖ ਕੇ ਉਹਨਾਂ ਨੇ ਮੈਨੂੰ 5-10 ਰੁਪਏ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਉਹਨਾਂ ਨੂੰ ਜਦੋਂ ਮਨ੍ਹਾ ਕੀਤਾ ਤਾਂ ਲਾਸਟ ਪਿੱਛੇ ਵਾਲੀਆਂ ਸੀਟਸ 'ਤੇ ਇੱਕ ਸੈਂਟਰ ਦੇ ਵਿੱਚ ਬੰਦਾ ਬੈਠਾ ਸੀ, ਉਹਨੇ 50 ਰੁਪਏ ਕੱਢ ਕੇ ਫੜਾਏ, ਕਹਿੰਦੇ ਚੱਲ 5-10 ਨਾਲ ਇਹਦਾ ਕੁਛ ਨਹੀਂ ਹੋਣਾ, ਹੁਣ ਵੀ ਇਹਨੂੰ 50 ਰੁਪਏ ਦੇ ਦਿੰਦੇ ਹਾਂ। ਅਤੇ ਮੈਂ ਕਿਹਾ ਸਰ ਮੈਂ ਨਹੀਂ ਲੈਣੇ ਹੈਗੇ, ਮੈਂ ਠੀਕ ਹਾਂ, ਮੈਂ ਆਪਦੀ ਲਾਈਫ 'ਚ ਖੁਸ਼ ਹਾਂ, ਮੈਂ ਵਧੀਆ ਆਪਦਾ, ਹੈ ਨਾ। ਤਾਂ ਜਿਹੜਾ ਅੱਗੇ ਸੀਟ 'ਤੇ ਬੈਠਾ ਡਰਾਈਵਰ ਬੰਦਾ ਸੀ, ਉਹਨੇ ਮੇਰਾ ਬਾਂਹ ਫੜਿਆ, ਉਹਨੇ ਪੁੱਛਿਆ, ਕਹਿੰਦਾ ਤੈਨੂੰ ਚੱਲ 100 ਰੁਪਇਆ ਦੇ ਦਿੰਦੇ ਹਾਂ, ਤੂੰ 100 ਰੁਪਇਆ ਤਾਂ ਲੈ ਲਾ, ਤੇਰੀ ਹੈਲਪ ਅਸੀਂ ਕਰਨੀ ਹੈ। ਮੈਂ ਕਿਹਾ ਸਰ ਇਹ ਲੈ ਹੈਲਪ ਕਰਨਾ ਨਹੀਂ ਹੁੰਦਾ, ਹੈਲਪ ਕਰਨਾ ਹੁੰਦਾ ਜਦੋਂ ਕਿਸੇ ਬੱਚਾ ਸਰਦੀਆਂ ਦੇ ਵਿੱਚ ਕੋਈ ਬੱਚੇ ਬਿਨਾਂ ਸ਼ੂਜ਼ ਤੋਂ ਟੁੱਟੇ ਹੋਏ ਸ਼ੂਜ਼ ਦੇ ਵਿੱਚ ਸਰਦੀਆਂ 'ਚ ਸਕੂਲ ਪੜ੍ਹਨ ਜਾਂਦੇ ਆ, ਉਹਨਾਂ ਨੂੰ ਸ਼ੂਜ਼ ਦਵਾ ਦਿਉ, ਕਿਸੇ ਦੀ ਡਰੈਸ ਦਵਾ ਦਿਉ, ਕਿਸੇ ਨੂੰ ਕਿਤਾਬਾਂ ਦੇ ਪੈਸੇ ਦੇ ਦਿਉ, ਜਿਹੜੇ ਕਿਸੇ ਕੋਈ ਬੱਚਾ ਆਪਦੀ ਫੀਸ ਨਹੀਂ ਭਰ ਪਾ ਰਿਹਾ, ਥੋੜ੍ਹੀ ਬਹੁਤ ਉਹਦੀ 1 ਮਹੀਨੇ ਦੀ 2 ਮਹੀਨੇ ਦੀ ਫੀਸ ਭਰ ਦਿਉ, ਇਹ ਹੈਲਪ ਹੁੰਦੀ ਹੈ।
ਕਿਸੇ ਨੂੰ ਤੁਸੀਂ ਬੇਵਜ੍ਹਾ ਭਿਖਾਰੀ ਬਣਾ ਰਹੇ ਹੋ, ਕਿਸੇ ਨੂੰ ਕੁਛ ਦੇ ਰਹੇ ਹੋ, ਉਹ ਉਹਨੂੰ ਹੈਲਪ ਨਹੀਂ ਕਿਹਾ ਜਾਂਦਾ। ਉਲਟਾ ਤੁਸੀਂ ਉਸ ਬੰਦੇ ਦਾ ਮਨੋਬਲ ਗਿਰਾ ਕੇ ਉਹਨੂੰ ਇੱਕ ਇਨਸਾਨ ਇੱਕ ਦੁਨੀਆ ਦੇ ਉੱਤੇ ਇੱਕ ਹੋਰ ਭਿਖਾਰੀ ਪੈਦਾ ਕਰ ਰਹੇ ਹੋ ਉਹਨੂੰ ਦੇ ਕੇ। ਇਹ ਤਾਂ ਸੀ ਹੁਣ ਤੱਕ ਦਾ ਤੁਹਾਡਾ 30 ਸਾਲਾਂ ਦਾ ਸਫ਼ਰ, ਅੱਗੇ ਦੀ ਆਉਣ ਵਾਲੀ ਜ਼ਿੰਦਗੀ ਬਾਰੇ ਕੀ ਸੋਚਿਆ ਤੁਸੀਂ? ਜੀ ਬਿਲਕੁਲ, ਹੁਣ ਤੱਕ ਜੋ ਵੀ ਲਾਈਫ ਦੇ ਵਿੱਚ ਗੁਰੂ ਸਾਹਿਬ ਨੇ ਜਾਂ ਪਰਮਾਤਮਾ ਦੀ ਮਿਹਰ ਨਾਲ, ਮਾਤਾ ਪਿਤਾ ਦੀ ਮਿਹਨਤ ਨਾਲ ਜੋ ਕੁਛ ਵੀ ਜਿਹੜੇ ਮੁਕਾਮ 'ਤੇ ਹੁਣ ਤੱਕ ਪਹੁੰਚੇ, ਉਸ ਨੂੰ ਦੇਖਦੇ ਹੋਏ ਅੱਗੇ ਲਾਈਫ ਦੇ ਵਿੱਚ ਮੇਨਲੀ ਜੋ ਡਰਾਇੰਗ ਪੇਂਟਿੰਗ ਉਹ ਨਾਲ ਨਾਲ ਚੱਲਦੀ ਰਹੇਗੀ, ਔਰ ਸਾਈਕਲਿੰਗ ਦੇ ਵਿੱਚ ਨਾਲ ਨਾਲ ਮੈਂ ਪੈਰਾ ਤਾਇਕਵਾਂਡੋ ਜੋ ਕਰ ਰਿਹਾ ਉਸ ਦੇ ਲਈ ਜੋ ਇੰਟਰਨੈਸ਼ਨਲ ਚੈਂਪੀਅਨਸ਼ਿਪ ਯੂਰਪ ਕੱਪ ਹੋਣਾ ਇੱਕ ਇਟਲੀ ਦੇ ਵਿੱਚ, ਜਿਸ ਦੇ ਲਈ ਪਹਿਲਾਂ ਸਿਲੈਕਸ਼ਨ ਹੋਇਆ ਸੀਗਾ ਅਤੇ ਉਹ ਕੋਵਿਡ ਕਰਕੇ ਥੋੜ੍ਹਾ ਜਿਹਾ ਪੋਸਟਪੋਨ ਹੋ ਗਿਆ। ਇੰਨਾ ਜ਼ਰੂਰ ਹੈ ਕਿ ਜੋ ਗਵਰਨਮੈਂਟ ਵੱਲੋਂ ਮਤਲਬ ਸਪੋਰਟ ਜ਼ਰੂਰ ਕਰਨਾ ਚਾਹੀਦਾ, ਜਿੰਨੀਆਂ ਫਾਊਂਡੇਸ਼ਨਸ ਆ ਜਾਂ ਸਟੇਟ ਗਵਰਨਮੈਂਟ ਆ, ਸੈਂਟਰ ਗਵਰਨਮੈਂਟ ਆ, ਨੋਰਮਲ ਪਲੇਅਰਸ ਨੂੰ ਸਾਰਾ ਕੁਛ ਦਿੱਤਾ ਜਾਂਦਾ, ਪਰ ਜੋ ਪੈਰਾਓਲੰਪਿਕ ਪਲੇਅਰ ਨੇ ਜੋ ਪੈਰਾ ਐਥਲੀਟ ਨੇ ਉਹਨਾਂ ਨੂੰ ਵੀ ਸਟੇਟ ਵੱਲੋਂ ਸੈਂਟਰ ਵੱਲੋਂ ਜ਼ਰੂਰ ਸਪੋਰਟ ਕਰਨਾ ਬਣਦਾ। ਕਿਉਂਕਿ ਮੈਂ ਜਸਟ ਇੱਕੋ ਗੱਲ ਕਹਿਣਾ ਚਾਹੂੰਗਾ ਕਿ ਸਾਰਿਆਂ ਨੂੰ ਬਾਅਦ 'ਚੋਂ ਬਹੁਤ ਕੁਛ ਦਿੱਤਾ ਜਾਂਦਾ, ਸਾਨੂੰ ਸਾਰਿਆਂ ਨੂੰ ਪਤਾ, ਪਰ ਲੋੜ ਆ ਉਹਨਾਂ ਸਾਰਿਆਂ ਨੂੰ ਅੱਗੇ ਹੋ ਕੇ, ਬਾਕੀ ਸਾਰਿਆਂ ਤੋਂ ਅੱਗੇ ਵੱਧ ਕੇ, ਉਹਨਾਂ ਦੇ ਹੱਥ ਫੜ ਕੇ ਉਹਨਾਂ ਨੂੰ ਅੱਗੇ ਲੈ ਕੇ ਜਾਣ ਦੀ, ਜਿਹਦੇ ਨਾਲ ਸਾਡੇ ਦੇਸ਼ ਦਾ ਅਤੇ ਸਾਡੇ ਸਟੇਟ ਦਾ ਜ਼ਰੂਰ ਨਾਮ ਰੋਸ਼ਨ ਹੋਵੇ ਦੁਨੀਆ ਦੇ ਵਿੱਚ ਜਾਂ ਸਾਡੀ ਲਾਈਫ ਦੇ ਵਿੱਚ। ਇਹ ਕੋਈ ਬਹੁਤ ਜ਼ਿਆਦਾ ਮੈਟਰ ਨਹੀਂ ਕਰਦਾ ਕਿ ਤੁਹਾਡੇ ਕੋਲ ਖੰਭ ਹੈਗੇ ਆ ਜਾਂ ਨਹੀਂ ਹੈਗੇ, ਪਰ ਇਹ ਬਹੁਤ ਜ਼ਿਆਦਾ ਮੈਟਰ ਕਰਦਾ ਕਿ ਤੁਸੀਂ ਉੱਡਣ ਦੀ ਚਾਹਤ ਰੱਖਦੇ ਹੋ, ਤੁਸੀਂ ਜਿਹੜਾ ਆਲਣੇ ਦੇ ਵਿੱਚ ਇੱਕ ਗੁੰਮਸਮ ਹੋਏ ਬੈਠੇ ਹੋ, ਡਰੇ ਬੈਠੇ ਹੋ, ਉਹ ਖੰਭਾਂ ਨੂੰ ਬਿਨਾਂ ਖੰਭਾਂ ਤੋਂ ਵੀ ਆਪਦੇ ਸੁਪਨਿਆਂ ਦੇ ਨਾਲ ਜੇ ਤੁਸੀਂ ਉੱਡਣ ਦੀ ਇੱਛਾ ਰੱਖਦੇ ਹੋ, ਤੁਹਾਡੇ ਅੰਦਰ ਜਜ਼ਬਾ ਰੱਖਦੇ ਹੋ, ਤਾਂ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ। ਕਿਉਂਕਿ ਅੱਗੇ ਲਾਈਫ ਦੇ ਵਿੱਚ ਕੀ ਹੋਣਾ ਕੀ ਨਹੀਂ ਹੋਣਾ ਉਹ ਕਿਸੇ ਨੂੰ ਨਹੀਂ ਪਤਾ, ਪਰ ਜਿੰਨੀ ਲਾਈਫ ਹੈਗੀ ਆ ਉਹਨੂੰ ਜ਼ਰੂਰ ਇੱਕ ਇਸ ਤਰ੍ਹਾਂ ਜੀ ਕੇ ਜਾਓ ਕਿ ਆਉਣ ਵਾਲੀ ਦੁਨੀਆ ਤੁਹਾਨੂੰ ਰੋਲ ਮਾਡਲ ਮੰਨੇ, ਤੁਹਾਡੇ ਤੋਂ ਕੋਈ ਸੇਧ ਲੈ ਸਕੇ ਅਤੇ ਆਪਦਾ ਜੀਵਨ ਜਿਹੜੀ ਆਪਦੀ ਜ਼ਿੰਦਗੀ ਵਧੀਆ ਕਰ ਸਕੇ।